ਹੈਲੋ ਦੋਸਤੋ, ਕਿਸੇ ਸ਼ਾਇਰ ਨੇ ਲਿਖਿਆ ਆ, ਸਾਥ ਅਜੂਬੇ ਇਸ ਦੁਨੀਆ ਮੇ ਆਠ ਵੀ ਆਪਣੀ ਜੋੜੀ, ਟੂਟੇ ਸੇ ਵੀ ਨਾ ਟੂਟੇ ਇਹ ਮੀਆਂ ਬੀਬੀ ਦੀ ਜੋੜੀ, ਇਹ ਮੀਆਂ ਬੀਬੀ ਦੀ ਜੋੜੀ। ਸੋ ਦੋਸਤੋ, ਇਸ ਵਕਤ ਅਸੀਂ ਪ੍ਰੀਤ ਪੈਲਸ ਦੇ ਵਿੱਚ ਖੜੇ ਆ, ਜਿੱਥੇ ਕਿ ਤੁਹਾਨੂੰ ਇੱਕ ਬੜੀ ਅਦਭੁਤ ਤੇ ਇੱਕ ਬਹੁਤ ਹੀ ਖੂਬਸੂਰਤ ਕਪਲ ਦੇ ਨਾਲ ਮਿਲਾਉਣੇ ਆ। ਇਹੋ ਜਿਹਾ ਵਿਆਹ ਜਿਹੜਾ ਤੁਸੀਂ ਕਦੀ ਨਹੀਂ ਦੇਖਿਆ, ਨਾ ਹੀ ਕਿਸੇ ਚੈਨਲ ਜਾਂ ਨਾ ਹੀ ਕਿਤੇ ਫੇਸਬੁੱਕ ਤੇ ਦੇਖਿਆ। ਸੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੋੜੀ ਨਾਲ ਮਿਲਾ ਰਿਹਾ ਆ, ਤੇ ਆਓ ਆਪਾਂ ਉਹਨਾਂ ਦੇ ਨਾਲ ਮਿਲਦੇ ਆ ਕੀ ਉਸ ਵਿਆਹ ਦੇ ਵਿੱਚ ਰੰਗ ਹੈ, ਕੀ ਇਹੋ ਜਿਹਾ ਚਾਹ ਨੇ। ਸੋ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਇਹ ਕੀ ਨਾਮ ਹੈ ਤੁਹਾਡਾ? ਰਵਿੰਦਰ ਸਿੰਘ। ਰਵਿੰਦਰ ਸਿੰਘ, ਨਾਲੋ ਅੱਜ ਤੁਸੀਂ ਇੱਕ ਕਪਲ ਦੇ ਜੋੜੇ ਦੇ ਵਿੱਚ ਖੜੇ ਹੋ, ਕਿਹੋ ਜਿਹੀ ਖੁਸ਼ੀ ਹੈ, ਕੀ ਗੱਲ ਹੈ? ਬਹੁਤ ਵਧੀਆ ਲੱਗ ਰਿਹਾ ਕਿ ਸਾਨੂੰ 25 ਸਾਲ ਹੋ ਗਏ ਆ ਤੇ 25ਵੀਂ ਵਿਆਹ ਦੀ ਜੋੜੀ ਨੂੰ ਮਨਾ ਰਹੇ ਆ। ਸਹੀ, ਬਹੁਤ ਵਧੀਆ ਅਸੀਂ ਇੱਕ ਦੂਜੇ ਦਾ ਸਾਥ ਨਿਭਾ ਰਹੇ ਆ। ਅੱਛਾ, ਵਧੀਆ ਸਾਡੀ ਜ਼ਿੰਦਗੀ। ਸੋ ਦੋਸਤੋ, ਇਹ 25 ਸਾਲ ਇਹਨਾਂ ਦੀ ਵਿਆਹ ਨੂੰ ਗੁਜ਼ਰ ਗਏ ਆ, 25 ਸਾਲ ਤੋਂ ਬਾਅਦ ਇੱਕ ਇਹਨਾਂ ਨੇ ਅੱਜ ਪੂਰੀ ਸ਼ਾਦੀ ਰਚਾਈ ਆ, ਜਿਹਦੇ ਵਿੱਚ ਮਾਈਆਂ ਵੀ ਲੱਗਾ ਆ, ਪੈਲਸ ਵੀ ਬੁੱਕ ਹੋਇਆ, ਰੀਅਲ ਵਿਆਹ ਇੱਕ ਬਣਾ ਦਿੱਤਾ ਆ, ਇੱਕ ਅਨੋਖੀ ਮਿਸਾਲ ਪੈਦਾ ਕਰ ਦਿੱਤੀ ਆ। ਭੈਣ ਜੀ, ਤੁਹਾਡਾ ਕੀ ਨਾਮ ਆ? ਸੁਨੀਤਾ ਦੇਵੀ। ਸੁਨੀਤਾ ਦੇਵੀ, ਅੱਜ ਦੀ ਇਹ ਸ਼ਾਦੀ ਤੁਹਾਨੂੰ ਕਿਹੋ ਜਿਹੀ ਮਹਿਸੂਸ ਹੁੰਦੀ ਆ? ਬਹੁਤ ਵਧੀਆ ਲੱਗਦਾ। ਸੋ ਇਹਨਾਂ ਨੇ ਪ੍ਰੀ ਵੈਡਿੰਗ ਵੀ ਬਣਾਈ ਆ, ਸਾਰੇ ਪੈਲਸ ਦੇ ਵਿੱਚ ਸਾਰੀਆਂ ਰਸਮੋ ਰਿਵਾਜ਼ ਜੈਮਾਲਾ ਤੱਕ ਵੀ ਇਹੋ ਨਿਭਾਈਆਂ ਆ। ਸੋ ਆਪਣੇ ਬੱਚੇ ਕੀ ਕਰਦੇ ਨੇ? ਬੇਟਾ ਅਮਰੀਕਾ ਹੈਗਾ, ਬੇਟੀ ਕੈਨੇਡਾ ਹੈਗੀ ਆ। ਅੱਛਾ ਜੀ, ਇੱਕ ਬੇਟੀ ਇੱਥੇ ਹੈਗੀ। ਬੇਟੀ ਇਹਨਾਂ ਦੀ ਕੈਨੇਡਾ ਆ, ਬੇਟਾ ਅਮਰੀਕਾ ਆ। ਸੋ ਉਹਨਾਂ ਨੇ ਵੀ ਅੱਜ ਉਹ ਵੀ ਲਾਈਵ ਇਹ ਦੇਖ ਰਹੇ ਨੇ। ਸੋ ਬੜਾ ਮਜ਼ਾ ਆ ਰਿਹਾ ਜੀ ਇਸ ਵਿਆਹ ਦਾ ਵਿੱਚ, ਬੜਾ ਜਿੰਨੇ ਵੀ ਇੱਥੇ ਸਾਰੇ ਲੋਕ ਇਕੱਠੇ ਹੋਏ ਆ, ਬੜੇ ਮੁਹੱਬਤ ਤੇ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਨੇ। ਸੋ ਮੈਂ ਇੱਕ ਗੱਲ ਕਰਨੀ ਚਾਹੁੰਦਾ, ਅੱਜ ਤੋਂ 25 ਸਾਲ ਪਹਿਲਾਂ ਜਿਹੜੀ ਸ਼ਾਦੀ ਹੋਈ ਆ ਤੁਹਾਡੀ, ਥੋੜਾ ਨਾਲ ਹੋ ਜਾਓ ਭੈਣ ਜੀ ਉਹਨਾਂ ਦੇ, 25 ਸਾਲ ਪਹਿਲਾਂ ਜਿਹੜੀ ਸ਼ਾਦੀ ਹੋਈ ਤੇ ਅੱਜ ਦੀ ਉਹ ਸ਼ਾਦੀ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਤੁਸੀਂ, ਦੱਸੋ? ਉਸ ਟਾਈਮ ਦੇ ਉੱਤੇ ਇੰਨੀ ਰੌਣਕ ਨਹੀਂ ਸੀ, ਇੰਨੀ ਨਹੀਂ ਸੀ, ਜਿਹੜੀਆਂ ਚੀਜ਼ਾਂ ਉਦੋਂ ਨਹੀਂ ਸੀ ਉਹ ਅੱਜ ਉਹ ਮਿਲੀਆਂ ਸਹੂਲਤਾਂ। ਹਾਏ। ਸੋ ਦੋਸਤੋ, ਦਰਸ਼ਕੋ, ਇਹਨਾਂ ਨੇ ਇੱਕ ਬਹੁਤ ਹੀ ਪਤੇ ਦੀ ਗੱਲ ਕਹਿ ਦਿੱਤੀ ਆ ਕਿ ਅੱਜ ਤੋਂ ਉਸ ਸਮੇਂ ਪਹਿਲਾਂ ਜਦੋਂ ਇਹਨਾਂ ਦੀ 25 ਸਾਲ ਪਹਿਲਾਂ ਸ਼ਾਦੀ ਹੋਈ, ਉਹ ਰੰਗ ਤੇ ਅੱਜ ਦੇ ਰੰਗ ਦੇ ਵਿੱਚ ਬਹੁਤ ਫਰਕ ਪਿਆ ਤਾਂ ਕਿਉਂ ਪਿਆ ਆ? ਕਿਉਂਕਿ ਇਹਨਾਂ ਨੇ ਮਿਹਨਤਾਂ ਕੀਤੀਆਂ, ਤਰੱਕੀਆਂ ਕੀਤੀਆਂ, ਬੱਚੇ ਆਪਣੇ ਮੰਜ਼ਿਲਾਂ ਤੇ ਪਹੁੰਚਾ ਕੇ, ਤੇ ਅੱਜ ਉਸ ਦੁਆਰਾ ਸ਼ਾਦੀ ਨੂੰ 25 ਸਾਲ ਬਾਅਦ ਇੱਕ ਰੰਗ ਲਿਆਂਦਾ ਆ। ਸੋ ਮੈਂ ਆਪਣੀ ਭੈਣ ਜੀ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਾਂਗਾ ਕਿ ਭੈਣ ਜੀ ਤੁਸੀਂ ਅੱਜ ਕਿਹੋ ਜਿਹੀ ਖੁਸ਼ੀਆਂ ਮਹਿਸੂਸ ਕਰਦੇ ਹੋ? ਮੈਂ ਬਹੁਤ ਖੁਸ਼ ਮਹਿਸੂਸ ਕਰ ਰਹੀ ਹਾਂ। 25 ਸਾਲ ਤੁਸੀਂ ਕਦੀ ਝਗੜਾ ਵੀ ਕੀਤਾ ਸੀ? ਮਾੜੀ ਮੋਟੀ ਤਾਂ ਘਰਾਂ ਚ ਹੁੰਦੀ ਰਹਿੰਦੀ ਆ। ਮਾੜੀ ਮੋਟੀ ਭੈਣ ਜੀ ਕਹਿੰਦੇ ਝਗੜਾ ਹੁੰਦਾ ਸੀ, ਪਰ ਅਸੀਂ ਉਹ ਪਿਆਰ ਦੇ ਨਾਲ ਹੀ ਨਜਿੱਠ ਲੈਂਦੇ ਸੀਗੇ। ਕੀ ਕੰਮ ਕਰਦੇ ਹੋ ਤੁਸੀਂ ਭਾਜੀ? ਮੇਰਾ ਮੈਨੇਜਮੈਂਟ ਦਾ ਕੰਮ ਹੈਗਾ, ਡੀਜੇ ਦਾ ਸਾਊਂਡ ਦਾ। ਅੱਛਾ, ਡੀਜੇ ਸਾਊਂਡ ਦਾ ਮੈਨੇਜ। ਇਹ ਜਿਹੜਾ ਤੁਹਾਡੇ ਅੱਜ 25 ਸਾਲ ਬਾਅਦ ਤੁਸੀਂ ਸ਼ਾਦੀ ਰਚਾਈ ਆ, ਮੈਂ ਥੋੜਾ ਨਾਲ ਲਵੋ ਭਾਜੀ ਹੁਣਾਂ ਦੇ, ਇਹ ਸ਼ਾਦੀ ਰਚਾਈ ਆ, ਇਹ ਖਿਆਲ ਕਿੱਥੋਂ ਆਇਆ? ਬਸ ਵੈਸੇ ਹੀ ਐਨੀਵਰਸਰੀ ਮਨਾਉਣੀ ਸੀ, ਪਹਿਲਾਂ ਸੀ ਛੋਟਾ ਬੱਚਾ, ਮੈਂ ਨਹੀਂ ਕਰਨਾ ਤਾਂ ਪੂਰਾ ਹੀ ਕਰਨਾ ਜਿੱਦਾਂ ਪਹਿਲਾਂ ਵਿਆਹ ਹੋਇਆ ਸੀ, ਕਿਉਂਕਿ ਜਦੋਂ ਵਿਆਹ ਹੋਇਆ ਸੀ ਉਦੋਂ ਸਾਨੂੰ ਪੂਰਾ ਨਹੀਂ ਸੀ ਪਤਾ ਕੁਛ ਵੀ ਵਿਆਹ ਬਾਰੇ, ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਅੱਜ ਪੂਰਾ ਪਤਾ ਲੱਗ ਗਿਆ ਵਿਆਹ ਕਿਹਨੂੰ ਕਹਿੰਦੇ ਹੈਗੇ ਆ। ਓਹੋ, ਭੈਣ ਜੀ ਤੁਸੀਂ ਕਿੱਦਾਂ ਦਾ ਮਹਿਸੂਸ ਕੀਤਾ ਅੱਜ? ਹਾਂਜੀ, ਸੇਮ ਹੀ ਆ। ਸੇਮ ਹੀ ਆ, ਪ੍ਰੀ ਵੈਡਿੰਗ ਵੀ ਬਣਾਈ ਆ ਤੁਸੀਂ, ਯਾਨੀ ਕਿ ਜੋ ਇੱਕ ਰੀਅਲ ਮੈਰਿਜ ਦੇ ਵਿੱਚ ਨਹੀਂ ਹੋ ਸਕਿਆ ਤੁਹਾਡੇ ਕੋਲ 25 ਸਾਲ ਪਹਿਲਾਂ, ਉਹ ਤੁਸੀਂ ਅੱਜ ਕੀਤਾ। ਸੋ ਪਿਆਰੇ ਦਰਸ਼ਕੋ, ਅੱਜ ਇੰਨਾ ਹੀ। ਮੈਂ ਪੀਵੀ ਪੀਲੂ ਪੀਵੀ ਫਿਲਮ ਜ਼ਰੂਰ ਚੈਨਲ ਤੋਂ, ਕੈਮਰਾਮੈਨ ਐਂਟੀ ਦੇ ਨਾਲ ਪੀਵੀ ਫਿਲਮ ਜ਼ਰੂਰ ਚੈਨਲ ਤੋਂ, ਧੰਨਵਾਦ।
ਸਾਡੇ